ਡਾਕਟਰ ਸੇਠੀ ਸੁਲਸਨ ਅੰਮ੍ਰਿਤਸਰ ਜਿਹੜੀ ਫਲਾਈਟ ਆਈ ਹੈ ਉਹਦੇ ਵਿੱਚ ਇੱਕ ਪਰਿਵਾਰ ਕਾਫੀ ਜ਼ਿਆਦਾ ਇੰਤਜ਼ਾਰ ਕਰ ਦੇਖੋ ਜਿਹੜੀ ਫਲਾਈਟ ਆਈ ਹੈ ਰਾਤੀ 12:30 ਆਈ ਹੈ ਉਹਦੇ 246 ਸੀਗੇ ਸਵਾਰੀ ਸੀਗੇ ਜਿਹੜੇ ਯਾਤਰੂ ਸੀਗੇ ਉਹਨਾਂ ਸਾਰਿਆਂ ਦਾ ਜੋ ਗਵਰਨਮੈਂਟ ਦੀ ਗਾਈਡਲਾਈਨਸ ਆਈ ਸੀਗੀ ਵੀ ਇਹਨਾਂ ਸਾਰਿਆਂ ਦਾ RT-PCR ਕਰਨਾ ਉਹ ਸਾਰਿਆਂ ਦਾ ਰਾਤੀ RT-PCR ਕਰਕੇ ਸਵੇਰੇ ਸਾਰੇ ਜਿਹੜੇ ਸੈਂਪਲ ਨੇ ਉੱਥੇ ਮੈਡੀਕਲ ਕਾਲਜ ਭੇਜ ਦਿੱਤੇ ਗਏ ਨੇ ਉੱਥੇ ਲੈਬ ਵਿੱਚ ਲੱਗੇ ਹੋਏ ਨੇ ਔਰ ਇੱਕ ਵਜੇ ਤੋਂ ਬਾਅਦ ਸਾਰਿਆਂ ਦੇ ਰਿਜ਼ਲਟ ਆਉਣੇ ਸ਼ੁਰੂ ਹੋ ਜਾਂਦੇ ਇੱਕ ਤਾਂ ਦੁਬਾਰਾ ਟੈਸਟ ਕੀਤੇ ਗਏ ਇਹਨਾਂ ਦੇ ਪਹਿਲਾਂ ਵੀ ਪਹਿਲੇ ਟੈਸਟ ਕੀਤੇ ਗਏ ਉਸ ਤੋਂ ਬਾਅਦ ਯਾਤਰੀ ਦੇਖੋ ਜਿਹੜੇ ਉੱਥੋਂ ਕਰਾ ਕੇ ਆਏ ਸੀਗੇ ਇਹ ਗਵਰਨਮੈਂਟ ਆਫ ਇੰਡੀਆ ਦੀ ਗਾਈਡੈਂਸ ਸੀਗੀਆਂ ਵੀ ਜਿਹੜੇ UK ਤੋਂ ਆਏ ਨੇ ਉਹਨਾਂ ਦਾ ਦੁਬਾਰਾ ਸਾਰਿਆਂ ਦਾ RT-PCR ਕਰਨਾ ਅਤੇ ਹੁਣ ਕਿੰਨੇ ਵਜੇ ਤੱਕ ਰਿਪੋਰਟ ਆਏਗੀ ਇੱਕ ਵਜੇ ਤੋਂ ਬਾਅਦ ਰਿਪੋਰਟ ਆਉਣੀ ਸ਼ੁਰੂ ਉਸ ਤੋਂ ਬਾਅਦ ਜਾਤੀ ਜਾਣ ਦਿੱਤੇ ਜਾਣਗੇ ਹਾਂ ਉਸ ਤੋਂ ਬਾਅਦ ਜੋ ਰਿਜ਼ਲਟ ਦੇ ਸਾਹਮਣੇ 246 ਸੀ 270 263 ਟੈਸਟ ਹੋਏ ਟੋਟਲ ਕੋਈ ਪੋਜ਼ਿਟਿਵ ਕੇਸ ਨਿਕਲਿਆ ਹਾਲੇ ਰਿਪੋਰਟਸ ਆਈਆਂ ਨਹੀਂ ਜੀ ਰਿਪੋਰਟਸ ਇੱਕ ਵਜੇ ਤੋਂ ਬਾਅਦ ਆਉਣੀਆਂ ਸਰ ਕੀ ਨਾਮ ਹੈ ਅੰਕੁਸ਼ ਅੰਕੁਸ਼ ਜੀ ਕਬ ਸੇ ਆਪ ਆਏ ਹੋਏ ਯਹਾਂ ਪਰ ਕਿਸ ਕੋ ਲੈਨੇ ਆਏ ਥੇ ਔਰ ਕੌਨ ਸੀ ਫਲਾਈਟ ਥੀ ਮੈਂ ਰਾਤ ਕੋ ਕਰੀਬਨ 12:15 ਪਹੁੰਚਾ ਹੂੰ ਔਰ ਮੈਂ ਆਪਣੇ ਬ੍ਰਦਰ ਰੀਅਲ ਬ੍ਰਦਰ ਕੋ ਲੈਨੇ ਆਇਆ ਹੂੰ ਵੋ ਲੰਡਨ ਸੇ ਯਹਾਂ ਲੰਡਨ ਹਿਤਰੋ ਸੇ ਅੰਮ੍ਰਿਤਸਰ ਪਹੁੰਚੇ ਹੈ ਰਾਤ ਕੋ ਠੀਕ ਹੈ ਤੋ ਅਭੀ ਤੱਕ ਕਿਆ ਉਹ ਅੰਦਰ ਹੀ ਹੈ ਅੰਦਰ ਹੀ ਹੈ ਅਭੀ ਤੱਕ ਅੱਛਾ ਤੋ ਕਿਆ ਜਾਣਕਾਰੀ ਮਿਲ ਪਾ ਰਹੀ ਹੈ ਅੰਦਰ ਸੇ ਇਹ ਜਾਣਕਾਰੀ ਮਿਲ ਪਾ ਰਹੀ ਹੈ ਕਿ ਲਗਭਗ 12:30 ਵਜੇ ਕੇ ਆਸ ਪਾਸ ਫਲਾਈਟ ਲੈਂਡ ਹੋਈ ਥੀ ਉਸਕੇ ਬਾਅਦ 1:30 ਵਜੇ के आसपास उनके सैंपल्स कलेक्ट होने शुरू हो गए थे और पता चला है कि 3 बजे तक सबके सैंपल्स कलेक्ट होकर यहाँ से निकल चुके हैं एयरपोर्ट से उसके लिए टेस्ट के लिए और उसके बाद कभी कोई कुछ कह रहा है कभी कोई कुछ कह रहा है कोई कम्युनिकेशन गैप बहुत है कभी कोई कहता है कि 6:30 बजे अभी जो पता चला था कि 6:30 बजे 90 के लॉट में आने वाले हैं रिपोर्ट टेस्टिंग पर वो भी बात झूठ निकली कभी कोई कुछ कहता है अभी मेरे ब्रदर ने जस्ट मेरे को रिसेंटली बताया कि पीपल आर सेइंग कि सब रिपोर्ट्स आ चुकी हैं नेगेटिव आई हैं और अभी आपको छोड़ दिया जाएगा थोड़ी देर में पर वो बात भी झूठी निकली अच्छा, मतलब बहुत आई थी आपको वो मेरे को अभी आधे घंटे पहले भी आई थी अच्छा। पर मतलब इतना मिसकम्युनिकेशन है कोई प्रोटोकॉल साफ हमें पूरा बताया नहीं जा रहा कि एटलीस्ट कम्युनिकेशन तो हो हमें कोई उससे प्रॉब्लम नहीं है कि गवर्नमेंट अगर स्टेप्स ले रही है मेजर्स ले रही है टू कंट्रोल सम स्प्रेड पर कुछ एटलीस्ट प्रॉपर कम्युनिकेशन हो विद द पैसेंजर्स क्योंकि अंदर बहुत पैनिक है पैसेंजर्स भी इतने टाइम से आ रखे हैं और मेरा ब्रदर बता रहे थे कि छोटे छोटे बच्चे भी हैं वहाँ पर एल्डर्स भी हैं सो दे आर गेटिंग रियली रेस्टलेसनेस तो ये तकलीफ हो रही है आप कहाँ से आए हो मैं फरीदकोट से आया हूँ Thank you.
अपना बंदा